ਏਵਨ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਚੱਲਦੇ ਹਾਂ ਜੀ ਫਲੋਰ, ਜਿੱਥੋਂ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਇੱਕ ਵਿਆਹੀ ਔਰਤ ਨੂੰ ਉਸਦੇ ਫੇਸਬੁੱਕ ਆਸ਼ਿਕ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਕੀ ਹੈ ਸਾਰਾ ਮਾਮਲਾ, ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੈ ਜੀ ਫਲੋਰ ਤੋਂ ਨਰਿੰਦਰ ਗੁਪਤਾ ਜੀ, ਉਹਨਾਂ ਤੋਂ ਲੈਂਦੇ ਹਾਂ ਪੂਰੀ ਜਾਣਕਾਰੀ। ਹਾਂਜੀ ਨਰਿੰਦਰ ਜੀ, ਕੀ ਹੈ ਸਾਰਾ ਮਾਮਲਾ? ਸੋਡੀ ਜੀ, ਫਲੋਰ ਦੇ ਮੇਨ ਬਾਜ਼ਾਰ ਦੇ ਜਿਹੜਾ ਮਨਿਆਰੀ ਦੀ ਦੁਕਾਨ ਚਲਾਉਣ ਵਾਲੇ ਇੰਦਰ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਜੀ ਕਿ ਉਹਨਾਂ ਦੀ ਜਿਹੜੀ ਨੂੰਹ ਹੈਗੀ ਹੈ ਉਹਨੇ ਫੇਸਬੁੱਕ ਤੇ ਕੋਈ ਆਪਣਾ ਫਰੈਂਡ ਬਣਾਇਆ ਵਾ ਜੀ। ਪੁਲਿਸ ਨੇ ਉਸ ਤੇ ਕਾਰਵਾਈ ਕਰਦੇ ਹੋਏ ਉਹਦੇ ਫੇਸਬੁੱਕ ਫਰੈਂਡ ਨੂੰ ਔਰ ਜਿਹੜੀ ਉਹਨਾਂ ਦੀ ਨੂੰਹ ਹੈਗੀ ਹੈ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਵਾ ਜੀ। ਔਰ ਉਹਦੇ ਵੱਲੋਂ ਇਹ ਵੀ ਆਰੋਪ ਲਗਾਏ ਗਏ ਸੀ ਵੀ ਉਹਦੇ ਘਰੋਂ ਜਿਹੜਾ ਵਾ ਕੈਸ਼ ਤੇ ਗਹਿਣੇ ਵੀ ਜਿਹੜੀ ਆ ਉਹਨਾਂ ਦੀ ਨੂੰਹ ਜਿਹੜੀ ਹੈ ਚੁਰਾ ਕੇ ਜਿਹੜੀ ਆ ਆਪਣਾ ਲੈ ਕੇ ਗਈ ਹੈ ਜੀ। ਜਦੋਂ ਮਤਲਬ ਕਿ ਪੁਲਿਸ ਨੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਸੀਸੀਟੀਵੀ ਦੀ ਜਿਹੜੀ ਫੁਟੇਜ ਪੁਲਿਸ ਦੇ ਹੱਥ ਲੱਗੀ ਜਿਹਦੇ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ। ਔਰ ਇੰਦਰ ਸ਼ਰਮਾ ਦੇ ਬਿਆਨ ਤੇ ਉਹਦੇ ਬੇਟੇ ਜਿਹੜੇ ਕੇਸ਼ ਕੁਮਾਰ, ਉਹਨੇ ਇੰਦਰ ਕੁਮਾਰ ਨੇ ਜਿਹੜੀ ਦੱਸਿਆ ਕਿ ਉਹਦੇ ਬੇਟੇ ਦੀ ਜਿਹੜੀ ਸ਼ਾਦੀ ਹੈ 11 ਸਤੰਬਰ 2018 ਨੂੰ ਉਹਦੇ ਆਪਣਾ ਫਲੋਰ ਦੇ ਕੋਲ ਹੀ ਪਿੰਡ ਪੈਂਦੇ ਵੀ ਮਾਇਓ ਸਾਹਿਬ ਰਹਿਣ ਵਾਲੀ ਰਿੰਪਲ ਜਿਹੜੀ ਲੜਕੀ ਆ ਉਹਦੇ ਨਾਲ ਹੋਈ ਸੀ ਜੀ। ਔਰ ਸਾਰਾ ਕੁਛ ਕਹਿੰਦਾ ਬਿਲਕੁਲ ਠੀਕ ਠਾਕ ਚੱਲਦਾ ਸੀ 19 ਜਨਵਰੀ ਨੂੰ, ਬਲਕਿ ਉਹਨਾਂ ਦੇ ਉੱਤੇ ਇੱਕ ਮੁਸੀਬਤ ਦਾ ਏਡਾ ਵੱਡਾ ਪਹਾੜ ਜਿਹੜਾ ਵਾ ਢਹਿ ਗਿਆ ਕਿ ਜਿਹੜਾ ਉਹਨਾਂ ਦਾ ਬੇਟਾ ਰਕੇਸ਼ ਕੁਮਾਰ ਦੁਕਾਨ ਤੇ ਸੀ ਤੇ ਉਹਦੀ ਪਤਨੀ ਪਿੱਛੋਂ ਜਿਹੜਾ ਬਾਜ਼ਾਰ ਤੇ ਸਮਾਨ ਜਿਹੜਾ ਖਰੀਦਣ ਗਈ ਤੇ ਅਚਾਨਕ ਹੀ ਜਦੋਂ ਪਤਾ ਲੱਗਿਆ ਵੀ ਘਰ ਆਈ ਤੇ ਉਹਨੂੰ ਪਤਾ ਲੱਗਿਆ ਕਿ ਅਲਮਾਰੀ ਦੇ ਜਿਹੜੇ ਲੋਕਰ ਜਿਹੜੇ ਨੇ ਖੁੱਲੇ ਪਏ ਨੇ ਜਿਹਦੇ ਵਿੱਚ ਕੈਸ਼ ਤੇ ਉਹਦੇ ਜਿਹੜੇ ਗਹਿਣੇ ਚੋਰੀ ਹੋ ਚੁੱਕੇ ਨੇ। ਨਰਿੰਦਰ ਜੀ, ਕਿੰਨਾ ਕੈਸ਼ ਤੇ ਕਿੰਨੇ ਗਹਿਣੇ ਨੇ? ਦੇਖੋ ਜੀ, ਉਹਨਾਂ ਨੇ ਹਲੇ ਤੱਕ ਇਹਦੇ ਬਾਰੇ ਨਹੀਂ ਜਿਹੜਾ ਪਤਾ ਲੱਗਿਆ ਕਿ ਕਹਿੰਦੇ ਕਿ ਕੈਸ਼ ਤੇ ਉਹ ਜਿਹੜੇ ਗਹਿਣੇ ਨੇ ਟੋਟਲ ਜਿਹੜਾ ਵਾ ਕਾਫੀ ਵੱਡਾ, ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਵਾ ਔਰ ਲੱਖਾਂ ਰੁਪਇਆ ਦੀ ਜਿਹੜੇ ਮਤਲਬ ਕਿ ਗਹਿਣੇ ਸੀ ਉਹਦੀ ਹਲੇ ਜਿਹੜੀ ਕੀਮਤ ਜਿਹੜੀ ਪੁਲਿਸ ਲਗਾ ਰਹੀ ਹੈ ਵੀ ਕਿੰਨੇ ਕੁ ਲੱਖ ਦੇ ਸੀ, 5 ਜਾਂ 7 ਜਾਂ 10 ਲੱਖ ਕਿੰਨੇ ਦੇ ਸੀ, ਇਹਦੇ ਬਾਰੇ ਹਲੇ ਪੂਰੀ ਜਿਹੜੀ ਜਾਣਕਾਰੀ ਨਹੀਂ ਸਾਡੇ ਕੋਲ ਆ ਸਕੀ ਵੀ ਕਿੰਨੇ ਕੁ ਲੱਖ ਦੇ ਗਹਿਣੇ ਸੀ। ਪਰ ਜਿਹੜੀ ਹੈ ਵੀ ਉਹਨਾਂ ਦਾ ਜਿਹੜਾ ਕੈਸ਼ ਔਰ ਗਹਿਣੇ ਜਿਹੜੀ ਹੈ ਉਹ ਜਦੋਂ ਉਹਨਾਂ ਨੂੰ ਘਰ ਆਈ ਤੇ ਪਤਾ ਲੱਗਾ ਕੈਸ਼ ਔਰ ਗਹਿਣੇ ਜਿਹੜੇ ਉਹਨਾਂ ਦੇ ਕੋਲ ਨਹੀਂ ਹੈਗੇ ਤੇ ਜਦੋਂ ਉਹਨਾਂ ਨੇ ਆਪਣੀ ਬਹੂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਕਿ ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਜੀ। ਜਦੋਂ ਉਹਨਾਂ ਨੇ ਉਹਦੇ ਕੋਲ ਹੀ ਲੱਗੀ ਸੀ ਸੀਸੀਟੀਵੀ ਕੈਮਰੇ ਜਦੋਂ ਫੋਟੋ ਦੇਖੀ ਤੇ ਉਹਨੇ ਜਿਹੜੀ ਹੈ ਨੂੰਹ ਜਿਹੜੀ ਹੈ ਗਲੀ ਵਿੱਚ ਖੜੇ ਜਿਹੜਾ ਉਹਦਾ ਆਸ਼ਿਕ ਸੀ ਜਿਹੜਾ ਫੇਸਬੁੱਕ ਫਰੈਂਡ ਸੀ ਉਹਨੂੰ ਬੈਗ ਜਿਹੜਾ ਵਾ ਉਹਦੇ ਹੱਥ ਦੇ ਵਿੱਚ ਥਮਾਰੀ ਸੀ ਜਿਹੜਾ ਕਿ ਜਿਹੜਾ ਉਹਦੇ ਵਿੱਚ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਣ ਨੂੰ ਆਇਆ ਗਲੀ ਵਿੱਚ ਖੜੇ ਉਹਨੂੰ ਲੜਕੇ ਨੂੰ ਬੈਗ ਜਿਹੜਾ ਵਾ ਦਿੰਦੀ ਹੋਈ ਦਿਖਾਈ ਦੇ ਰਹੀ ਸੀ ਜਿੱਥੋਂ ਪੁਲਿਸ ਨੇ ਬਿਲਕੁਲ ਅੰਦਾਜ਼ਾ ਲਗਾਇਆ ਵੀ ਇਹ ਜਿਹੜੀ ਸਾਰੀ ਘਟਨਾ ਵਾ ਉਹਨਾਂ ਦੀ ਨੂੰਹ ਨੇ ਕੀਤੀ ਆ ਤੇ ਉਹਦੇ ਹਾਂਜੀ ਉਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਲੜਕੇ ਕੀਤਾ ਜਿਹੜਾ ਕਿ ਫਰੀਦਪੁਰ ਦੇ ਗਾਓ ਸਾਂਧਾ ਵਾਲਾ ਦਾ ਲਖਵੀਰ ਸਿੰਘ ਲੱਖੀ ਸੀ ਜੀ। ਜਦੋਂ ਸਾਡੀ ਇਸ ਬਾਰੇ SHO ਫਲੋਰ ਦੇ ਨਾਲ ਗੱਲ ਹੋਈ ਜਤਿੰਦਰ ਸਿੰਘ ਦੇ ਨਾਲ ਜੀ, ਜਤਿੰਦਰ ਕੁਮਾਰ ਜੀ ਦੇ ਨਾਲ, ਉਹਨਾਂ ਨੇ ਸਾਨੂੰ ਦੱਸਿਆ ਕਿ ਲੱਖੀ ਨੂੰ ਲੱਖੀ ਜਿਹੜਾ ਸੀ ਉਹ ਲੜਕੀ ਦੇ ਨਾਲ ਫੇਸਬੁੱਕ ਤੇ ਦੀ ਦੋਸਤੀ ਹੋਈ ਫਿਰ ਦੋਨਾਂ ਦੀ ਫੋਨ ਦੇ ਉੱਤੇ ਕਾਫੀ ਲੰਬੀ ਗੱਲਬਾਤ ਚੱਲਦੀ ਰਹੀ ਮਤਲਬ ਕਿ ਫਰੈਂਡਸ਼ਿਪ ਉਹਨਾਂ ਦੀ ਪੈ ਗਈ ਦੋਨੋਂ ਮਤਲਬ ਕਿ ਤੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਲੜਕੇ ਆਪਣਾ ਲੜਕੇ ਦਾ ਜਿਹਨਾਂ ਨੇ ਸ਼ਿਕਾਇਤ ਕੀਤੀ ਸੀ ਇਹ ਪਰਿਵਾਰ ਜਿਹੜਾ ਹੋਲਸੇਲ ਦਾ ਮਨਿਆਰੀ ਦਾ ਕੰਮ ਕਰਦਾ ਸੀ ਜੀ ਤੇ ਕਾਫੀ ਮਤਲਬ ਕਿ ਵਿਅਸਤ ਕਹਿੰਦੇ ਵੀ ਕਾਫੀ ਵਿਅਸਤ ਪਰਿਵਾਰ ਸੀ ਮਤਲਬ ਕਿ ਇਹਨਾਂ ਨੂੰ ਇੰਨਾ ਮਤਲਬ ਕਿ ਹੈ ਨਹੀਂ ਸੀ ਕੰਮ ਜਾਣਾ ਸੀ ਤੇ ਪੂਰੇ ਮਤਲਬ ਕਿ ਵਿਅਸਤ ਰਹਿੰਦੇ ਸੀ ਤੇ ਜਿਹੜਾ ਜਿਹੜੀ ਇਹਨਾਂ ਦੀ ਬਹੂ ਹੈ ਨੂੰਹ ਹੈਗੀ ਆ ਉਹ ਇਕੱਲੀ ਘਰ ਰਹਿੰਦੀ ਸੀ ਜੀ ਤੇ ਲੱਕੀ ਜਿਹੜਾ ਆਰੋਪੀ ਲਖਵੀਰ ਹੈ ਇਹ ਲੁਧਿਆਣੇ ਦੇ ਵਿੱਚ ਸਟੂਡੀਓ ਦਾ ਕੰਮ ਕਰਦਾ ਸੀ ਜੀ। ਨਰਿੰਦਰ ਜੀ, ਪੀੜਿਤ ਪਰਿਵਾਰ ਨਾਲ ਗੱਲਬਾਤ ਹੋ ਸਕੀ ਕੋਈ? ਹਾਂਜੀ, ਨੇ ਪੀੜਤ ਪਰਿਵਾਰ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਜੀ ਉਸ ਤੋਂ ਜਿਹੜੀ ਸਾਡੀ ਜਿਹੜੀ ਜ਼ਿਆਦਾ ਜਿਹੜੀ ਗੱਲ ਹੋਈ ਹੈ ਉਹ ਹੈਗੀ ਹੈ ਅਮਰੀਕ ਸਿੰਘ ਜੀ ਜਿਹੜੇ ਚਾਹ ਲੈ ਕੇ DSP ਫਲੋਰ ਉਹਨਾਂ ਨਾਲ ਹੋਈ ਹੈ ਜੀ। ਉਹਨਾਂ ਨੇ ਕਿਹਾ ਵੀ ਜਿਹੜਾ ਆਪਣਾ ਲੱਕੀ ਹੈਗਾ ਵਾ ਉਹਨੇ ਆਪਣਾ ਜਿਹੜਾ ਵਾ ਬਿਲਕੁਲ ਜਿਹੜਾ ਵਾ ਗੁਨਾਹ ਕਬੂਲਿਆ ਵਾ
ਜੀ ਔਰ ਉਹਨੇ ਬਿਲਕੁਲ ਕਿਹਾ ਕਿ ਮੈਂ ਜਿਹੜੀ ਆ ਇਹ ਕੰਮ ਕੀਤਾ ਵਾ ਕਿ ਜਿਹੜੇ ਮੈਨੂੰ ਉਹਨਾਂ ਨੇ ਲੋਕਾਂ ਟੁੱਟੇ ਨੇ ਉਹ ਜਿਹੜੇ ਹੈਗੇ ਨੇ ਮੈਂ ਪੈਸੇ ਲਏ ਨੇ, ਔਰ ਪੁਲਿਸ ਨੇ ਉਹਨਾਂ ਪੈਸਿਆਂ ਨੂੰ ਵੀ ਰਿਕਵਰ ਕਰ ਲਿਆ, ਗਹਿਣਿਆਂ ਨੂੰ ਵੀ ਰਿਕਵਰ ਕਰ ਲਿਆ, ਤੇ ਇਹਨਾਂ ਦੋਨਾਂ ਜਿਹੜੀ ਨੂੰਹ ਔਰ ਉਹਦਾ ਜਿਹੜਾ ਆਪਣਾ ਫੇਸਬੁੱਕ ਫਰੈਂਡ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਵਾ, ਔਰ ਅਗਲੀ ਜਿਹੜੀ ਜਾਂਚ ਹੈ ਪੁਲਿਸ ਕਰ ਰਹੀ ਹੈਗੀ ਜੀ। ਜੀ ਨਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਫਿਲਹਾਲ ਪੁਲਿਸ ਅਧਿਕਾਰੀ ਦਾ ਕੀ ਕਹਿਣਾ, ਤੁਸੀਂ ਵੀ ਦੇਖੋ ਤੇ ਸੁਣੋ। ਅਸੀਂ ਕਾਬੂ ਕੀਤਾ ਹੈਗਾ ਸਰ, ਕਿੰਨਾ ਕੁ ਨਹੀਂ ਸਮਾਨ ਚੋਰੀ ਕੀਤਾ ਸੀ ਘਰੋਂ ਅਤੇ ਕਿੱਥੋਂ ਬੰਦੇ ਫੜੇ ਇਹ? ਇਸ ਤਰ੍ਹਾਂ ਸੀਗਾ ਵੀ 20 ਤਰੀਕ ਦੀ ਗੱਲ ਆ, ਇਸੇ ਮਹੀਨੇ ਦੀ 21 ਦੀ, ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ, ਇੰਦਰਜੀਤ ਸ਼ਰਮਾ ਨੇ ਦਿੱਤੀ ਸੀਗੀ, ਇੱਥੋਂ ਪਾਸੀਆਂ ਮਹੱਲੇ ਰਹਿਣ ਵਾਲੇ ਨੇ, ਉਹਨਾਂ ਨੂੰ ਸ਼ੱਕ ਸੀਗਾ ਵੀ ਜਿਹੜੀ ਮੇਰੇ ਵੀ ਅਸੀਂ ਘਰ ਤੋਂ ਬਾਹਰ ਗਏ ਸੀਗੇ ਵੀ ਸਾਡੀ ਨੂੰਹ ਨੇ ਕਿਸੇ ਬੰਦੇ ਨਾਲ ਰਲ ਕੇ ਜਿਹੜਾ ਘਰ ਦੇ ਵਿੱਚੋਂ ਕੋਈ 17 ਕੁ ਲੱਖ ਰੁਪਈਆ ਕੈਸ਼ ਅਤੇ ਨਾਲ 25 ਤੋੜੇ ਸੋਨਾ ਜਿਹੜਾ ਉਹ ਚੋਰੀ ਕੀਤਾ ਹੈ। ਜਿਹਦੇ 'ਤੇ ਅਸੀਂ ਜਿਹੜਾ ਆ ਉਹਨੂੰ ਕੇਸ ਰਜਿਸਟਰ ਕਰਕੇ ਤਫਤੀਸ਼ ਕੀਤੀ, ਤਾਂ ਉਹਦੇ ਵਿੱਚ ਜਿਹੜਾ ਹੈ ਨੂੰਹ ਨਾਲ ਜਿਹੜੀ ਹੈਗੀ ਆ ਰਿੰਪਲ ਦਾ ਨਾਂ ਆ, ਜਿਹਦਾ ਇੰਨਾ ਬਹੁਤ ਥੋੜ੍ਹੀ ਦੇਰ ਹੋਈ ਵਿਆਹ ਹੋਏ ਨੂੰ, 4 ਮਹੀਨੇ ਹੋ ਗਏ, ਅਤੇ ਇਹਨਾਂ ਦਾ ਇੱਕੋ ਇੱਕ ਲੜਕਾ ਸੀ ਇੰਦਰਜੀਤ ਦਾ, ਉਹਦੇ ਨਾਲ ਬਹੁਤ ਹੀ ਇਹਦੀ ਅੰਡਰਸਟੈਂਡਿੰਗ ਨਹੀਂ ਸੀਗੀ। ਪਰ ਇਸ ਰਿੰਪਲ ਦਾ ਜਿਹੜਾ 2 ਸਾਲ ਪਹਿਲਾਂ ਲਖਵੀਰ ਲੱਖੀ ਜਿਹੜਾ ਫਰੀਦਕੋਟ ਦਾ ਰਹਿਣ ਵਾਲਾ ਹੈ ਉੱਥੇ ਦਾ ਸਾਧਾ ਵਾਲਾ ਪਿੰਡ ਦਾ, ਉਹਦੇ ਨਾਲ ਇਹਦੇ ਜਿਹੜੇ ਆ ਰਿਲੇਸ਼ਨ ਸੀਗੇ 2 ਸਾਲ ਪਹਿਲਾਂ, ਉਹਦੇ ਕਰਕੇ ਇਹਨੇ ਉਹਨਾਂ ਨਾਲ ਵਿਆਹ ਦੀ ਸਕੀਮ ਬਣਾ ਲਈ, ਜਿਹੜੇ ਕੈਸ਼ ਲੈ ਕੇ ਘਰ ਦੇ ਵਿੱਚੋਂ, ਲੜਕੀ ਨੇ ਇਸ ਕਰਕੇ ਕੈਸ਼ ਦਿੱਤਾ ਸੀ ਵੀ ਅਸੀਂ 4-5 ਦਿਨ ਬਾਅਦ ਦੌੜ ਜਾਵਾਂਗੇ। ਪਰ ਇਹਨਾਂ ਨੂੰ ਇੰਦਰਜੀਤ ਹੋਣਾ ਜਦੋਂ ਆਪਣੇ ਘਰ ਦੀ ਪਤਾ ਲੱਗਾ ਵੀ ਸਾਡੇ ਸਮਾਨ ਚੋਰੀ ਹੋ ਗਿਆ, ਅਤੇ ਉਹਦੇ 'ਤੇ ਅਸੀਂ ਆਪਣਾ ਟੈਕਨੀਕਲੀ ਜਿਹੜਾ ਜਾ ਕੇ ਅਸੀਂ ਸਾਰਾ ਟਰੇਸ ਕੀਤਾ ਵਿਗਿਆਨਕ ਤਰੀਕੇ ਨਾਲ। ਅਤੇ ਸਰ ਕਿੰਨਾ ਰਿਕਵਰ ਕਿੰਨਾ ਕੁ ਹੋਇਆ ਹੁਣ ਉਹਦੇ ਵਿੱਚ? ਰਿਕਵਰ ਅਜੇ ਤਾਂ 4,27,000 ਰੁਪਇਆ ਰਿਕਵਰ ਹੋਇਆ ਜੀ। ਬਾਕੀ ਇਹਨੇ ਪੈਸੇ ਜਿਹੜੇ ਲਖਵੀਰ ਸਿੰਘ ਨੇ ਉਹ ਗਾਂ ਜਿੱਥੇ ਇਹਦੇ ਕਰਜ਼ੇ ਵਗੈਰਾ ਸੀ ਸਿਸਟਰ ਦੀ ਮੈਰਿਜ, ਕੁੱਲ ਕਿੰਨੇ ਪੈਸੇ ਸਰ? ਕੁੱਲ 17 ਲੱਖ ਰੁਪਇਆ ਦੱਸਦੇ ਆ, ਬਾਕੀ ਹੁਣ ਤਾਂ ਤਫਤੀਸ਼ ਚੱਲਦੀ ਪਈ ਹੈ ਜੀ। ਹੁਣ ਅਸੀਂ ਇਹਨੂੰ ਪੇਸ਼ ਕਰ ਰਹੇ ਹਾਂ ਕੋਰਟ 'ਚ ਦੋਨਾਂ ਨੂੰ, ਅਤੇ ਅਰੈਸਟ ਕੀਤੇ ਆ ਅਤੇ ਇਹਨਾਂ ਰਿਮਾਂਡ ਲਵਾਂਗੇ। ਅਤੇ ਸਰ ਜਿਹੜਾ ਗੋਲਡ ਉਹ ਕਿੰਨਾ ਕੁ ਹੋਇਆ? ਗੋਲਡ ਹੋਇਆ ਕੋਈ 20 ਤੋੜੇ ਸੁਣਿਆ ਕੋਰਟ ਹੋ ਗਿਆ। ਓਕੇ ਜੀ। ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਇੱਕ ਔਰਤ ਅਤੇ ਉਸਦੇ ਫੇਸਬੁੱਕ ਫਰੈਂਡ ਆਸ਼ਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਹਨਾਂ ਤੋਂ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਹੈ। ਇਹ ਤੀ ਹੁਣ ਤੱਕ ਦੀ ਅਪਡੇਟਸ, ਨਵੀਆਂ ਅਤੇ ਤਾਜ਼ਾ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਉਤਕ ਮੈਨ ਦਿਓ ਇਜਾਜ਼ਤ, ਧੰਨਵਾਦ।